ਤੇਰਾ ਜਿਹੜਾ ਰਾਧਾ ਸੁਆਮੀ ਸਤਸੰਗ ਵਿਆਸ ਆ ਇੱਕ ਬਹੁਤ ਵੱਡਾ ਪੁਰਸ਼ ਹੈ। ਸਰਕਾਰਾਂ ਇਹਨਾਂ ਦੇ ਕਹਿਣ 'ਤੇ ਚੱਲਦੀਆਂ ਵਾ, ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋਈ, ਇਸ ਕਰਕੇ ਮੈਂ ਭੁੱਖ ਹੜਤਾਲ 'ਤੇ ਬੈਠਾ ਜੀ 14 ਸੱਤ। ਅਤੇ ਪ੍ਰਸ਼ਾਸਨ ਨੇ ਇਸ ਮੇਰੀ ਨਿਸ਼ਾਨਦੇਹੀ ਨੂੰ ਖੁੱਲ੍ਹੇ ਪਾਸੇ ਕੀਤਾ। 22 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਡੇਰਾ ਰਾਧਾ ਸੁਆਮੀ ਨੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ। ਕੱਪੜੇ ਉਤਾਰ, ਮੂੰਹ ਉੱਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਜ਼ਮੀਨਾਂ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਨੇ। DSP ਦਫ਼ਤਰ ਬਾਬਾ ਬਕਾਲਾ ਤੋਂ ਪੈਦਲ ਚੱਲੇ ਕਿਸਾਨਾਂ ਨੇ ਬਿਆਸ ਪਹੁੰਚ ਕੇ ਡੇਰਾ ਰਾਧਾ ਸੁਆਮੀ ਨੂੰ ਜਾਂਦੇ ਮੁੱਖ ਰਸਤੇ ਉੱਤੇ ਧਰਨਾ ਲਗਾਇਆ। ਇਸ ਮੌਕੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ 2 ਮਹੀਨੇ ਪਹਿਲਾਂ ਢਿਲਮਾ ਵਾਸੀ ਪੀੜਤ ਕਿਸਾਨ ਰਜਿੰਦਰ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਜਿਸ ਨਾਲ ਡੇਰਾ ਬਿਆਸ ਵੱਲੋਂ ਨਿਯੁਕਤ ਕੀਤੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲਿਖਤੀ ਰੂਪ ਵਿੱਚ ਮੰਨਿਆ ਸੀ ਕਿ ਪੀੜਤ ਕਿਸਾਨ ਦੀ ਜ਼ਮੀਨ ਦੀ ਨਿਕਾਸ਼ਦੇਹੀ ਕਰਵਾਈ ਜਾਵੇਗੀ, ਪਰ ਲਿਖਤੀ ਰੂਪ ਵਿੱਚ ਕੀਤੇ ਇਕਰਾਰਨਾਮੇ ਤੋਂ ਹੁਣ ਡੇਰਾ ਬਿਆਸ ਭੱਜ ਰਿਹਾ ਹੈ। ਇਸ ਕਰਕੇ ਕਿ ਕਿਉਂਕਿ ਇਹ ਹਾਈਕੋਰਟ ਦੇ ਹੁਕਮਾਂ 'ਤੇ ਵੀ ਅਮਲ ਨਹੀਂ ਕਰਦੇ ਕਿ ਪਹਿਲੇ ਜਿਹੜੇ ਜਿਸ ਤਰ੍ਹਾਂ ਸ਼ਡਿਊਲ ਕਾਸਟ ਕਮਿਸ਼ਨ ਹੈ, ਰਾਸ਼ਟਰੀ ਸ਼ਡਿਊਲ ਕਾਸਟ ਕਮਿਸ਼ਨ, ਉਹਦੇ ਵੱਲੋਂ ਅਗਵਾਈ ਨੇ ਕਮਲਜੀਤ ਸਿੰਘ ਸੰਘਾ ਦੇ ਨਾਂ ਦੇ ਉੱਤੇ ਚਿੱਠੀਆਂ ਆਈਆਂ ਕਿ ਰਜਿਸਟਰ ਅੰਮ੍ਰਿਤਸਰ ਜੋ ਕਿ ਪਹਿਲਾਂ ਸੀ, ਲੇਕਿਨ ਉਹਨਾਂ ਚਿੱਠੀਆਂ 'ਤੇ ਕੋਈ ਅਮਲ ਨਹੀਂ, ਕੋਰਟਾਂ ਦੇ ਕੀ ਫੈਸਲਿਆਂ 'ਤੇ ਕੋਈ ਅਮਲ ਨਹੀਂ, ਲੋਕਾਂ ਦੀਆਂ ਮਰਿਆਦਾ 'ਤੇ ਕੋਈ ਅਮਲ ਨਹੀਂ ਕੀਤਾ ਜਾਂਦਾ। ਅਤੇ ਇਸ ਕਰਕੇ ਸਾਡੇ ਕੋਲ ਬਿਨਾਂ ਧਰਮ ਤੋਂ ਅਸੀਂ ਹੁਣ ਮਰਨਾ ਬਣ ਕੇ ਆਏ ਹਾਂ ਕਿ ਜਾਂ ਤਾਂ ਸਾਨੂੰ ਮਾਰੋ ਅਤੇ ਜਾਂ ਫਿਰ ਸਾਡੀਆਂ ਜਿੱਥੇ ਜਿੱਥੇ ਜ਼ਮੀਨਾਂ ਨੇ ਨਿਸ਼ਾਨੀ ਕਰਕੇ ਉਹ ਜ਼ਮੀਨਾਂ ਛੱਡਣ। ਇੱਕ ਦਰਿਆ ਬਿਆਸ ਦਾ ਜਿਹੜਾ ਇਹਨਾਂ ਨੇ ਕੁਦਰਤੀ ਵਹਾਅ ਬਦਲਿਆ, ਉਹਦੇ ਨਾਲ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ 2005 'ਚ ਬਰਬਾਦ ਹੋ ਗਈ ਸੀ, ਅਤੇ ਜਿਹੜੀਆਂ ਹਾਈਕੋਰਟ ਦੇ ਵਿੱਚੋਂ 22/7/2019 ਨੂੰ ਜੋ ਕਿ ਆਰਡਰ ਹੋਏ ਨੇ, ਉਹਨਾਂ ਆਰਡਰਾਂ ਦੇ ਮੁਤਾਬਕ ਰੈਵਨਿਊ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਜਿਹੜੀਆਂ ਰਿਪੋਰਟਾਂ ਕਰਨ, ਉਹ ਜਿਹੜੀਆਂ ਜ਼ਮੀਨਾਂ ਗ੍ਰੈਬਲ ਹੋਈਆਂ ਉਹਨਾਂ ਸਾਰਾ ਮੁਕਾਬਲਾ ਕਰਨ, ਅਤੇ ਫਿਰ ਜਿਹੜਾ ਕੋਈ ਗੱਲ ਕਰਨਗੇ ਤਾਂ ਅਸੀਂ ਗੱਲ ਕਰ ਸਕਦੇ ਹਾਂ। ਸਾਡੀਆਂ ਜ਼ਮੀਨਾਂ ਛੱਡ ਦੇਣ ਅਸੀਂ ਵਿਰੋਧ ਕਰੋ। ਅਤੇ ਜਿੱਦਣ ਮੈਂ 20 ਜੁਲਾਈ ਨੂੰ 14/7/2019 ਨੂੰ ਭੁੱਖ ਹੜਤਾਲ 'ਤੇ ਬੈਠੇ, ਕਿਉਂ ਬੈਠਾ ਹੈ? ਕਿਉਂਕਿ ਅਸੀਂ ਪ੍ਰਸ਼ਾਸਨ ਤੱਕ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੱਕ ਵੀ ਪਹੁੰਚ ਕੀਤੀ, ਅਤੇ ਉਸ ਸੰਬੰਧ ਉਹ ਜਿਹੜੀਆਂ ਅਸੀਂ ਮੰਗ ਪੱਤਰ ਮਿਨਿਸਟਰੀ ਲੈਵਲ ਤੱਕ ਦੇ ਕੇ ਸਾਰੇ ਠੰਡੇ ਵਸਤੇ 'ਚ ਪੈ ਗਿਆ, ਅਤੇ ਇਹ ਨਿਸ਼ਾਨਦੇਹੀ ਮੈਂ 2.5 ਸਾਲ ਤੋਂ ਪਹਿਲਾਂ ਅਪਲਾਈ ਕੀਤੀ ਸੀ, ਪਰ ਉਹ ਨਿਸ਼ਾਨਦੇਹੀ ਵੀ ਨਹੀਂ ਹੋਈ। ਅਤੇ ਜਦੋਂ ਕਿਤੇ ਪ੍ਰਸ਼ਾਸਨ 'ਤੇ ਸਾਡੀ ਵਾਹ ਪੇਸ਼ ਨਹੀਂ ਗਈ, ਕਿਉਂ ਨਹੀਂ ਗਈ? ਕਿਉਂਕਿ ਡੇਰਾ ਜਿਹੜਾ ਰਾਧਾ ਸੁਆਮੀ ਸਤਸੰਗ ਵਿਆਸ ਆ ਇੱਕ ਬਹੁਤ ਵੱਡਾ ਪੁਰਸ਼ ਹੈ, ਸਰਕਾਰਾਂ ਇਹਨਾਂ ਦੇ ਕਹਿਣ 'ਤੇ ਚੱਲਦੀਆਂ ਵਾ, ਅਤੇ ਇਸ ਕਰਕੇ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋਈ। ਇਸ ਕਰਕੇ ਮੈਂ ਭੁੱਖ ਹੜਤਾਲ 'ਤੇ ਬੈਠਾ ਜੀ 14/7/2019, ਅਤੇ 7 ਦਿਨ ਭੁੱਖ ਹੜਤਾਲ ਚੱਲੀ ਸੀ। 20/7/2019 ਨੂੰ ਫੈਸਲਾ ਹੋਇਆ ਸੀ ਰਿਟਨ ਦੇ ਵਿੱਚ, ਦੇ ਸਿਰਸਾ ਸਾਹਿਬ ਅਮਰਜੀਤ ਭਾਅ ਜੀ ਆ ਅਤੇ ਕਿਸਾਨ ਜਥੇਬੰਦੀਆਂ ਹੋਰ ਜਿਹੜੇ ਸਾਡੇ ਵੀਰ ਸਾਡੇ ਨਾਲ ਸੀ, ਉਹਨਾਂ ਨਾਲ DSP ਬਾਬਾ ਬਕਾਲਾ ਦੇ ਆਫਿਸ ਅਤੇ ਡੇਰਾ ਰਾਧਾ ਸੁਆਮੀ ਦੀ ਮੈਨੇਜਮੈਂਟ ਕਮੇਟੀ, ਉੱਥੇ ਆ ਕੇ ਅਤੇ ਉੱਥੇ ਇੱਕ ਲਿਖਤੀ ਸਮਝੌਤਾ ਆਇਆ ਜੀ ਕਿ 22/7/2019 ਨੂੰ ਰਜਿੰਦਰ ਸਿੰਘ ਇੱਕ ਐਪਲੀਕੇਸ਼ਨ ਤਹਿਸੀਲ ਦੇ ਵਿੱਚ ਦਾਖਲ ਕਰਾਊਗਾ, ਅਤੇ 22/7 ਤੋਂ ਹਫ਼ਤੇ ਦੇ ਅੰਦਰ ਅੰਦਰ ਜਿੰਨੀ ਵੀ ਰਜਿੰਦਰ ਸਿੰਘ ਦੀ ਜ਼ਮੀਨ ਡੇਰਾ ਬਿਆਸ ਦੇ ਅੰਦਰ ਆਊਗੀ, ਸਿੱਧਾ ਪਾਰਕਿੰਗ ਆ ਚਾਹੇ ਤੁਸੀਂ ਬਣਨਾ ਉਹਦੇ ਵਿੱਚ ਬਣਿਆ ਹੋਇਆ, ਉਹ ਸਾਰੀ ਤੁਰੰਤ ਹਫ਼ਤੇ ਦੇ ਵਿੱਚ ਪ੍ਰਸ਼ਾਸਨ ਡੇਰੇ 'ਤੇ ਦਬਾਅ ਪਾ ਕੇ ਢਵਾ ਕੇ ਤਰਜਿੰਦਰ ਸਿੰਘ ਨੂੰ ਕਬਜ਼ਾ ਦਿਵਾਈ। ਪਰ ਉਸ ਦਿਨ ਤੋਂ 22/7/2019 ਤੋਂ ਲੈ ਕੇ ਅੱਜ ਤੱਕ ਕਰੀਬ 2 ਮਹੀਨੇ ਦੇ ਕਰੀਬ ਹੋ ਗਏ, ਉਦੋਂ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ, ਅਤੇ ਪ੍ਰਸ਼ਾਸਨ ਨੇ ਇਸ ਮੇਰੀ ਨਿਸ਼ਾਨਦੇਹੀ ਨੂੰ ਖੁੱਲ੍ਹੇ ਪਾਸੇ ਕੀਤਾ। ਕਿੰਨੀ ਜ਼ਮੀਨ ਹੈ ਤੁਹਾਡੀ? ਮੇਰੀ ਸਾਡੇ ਪਰਿਵਾਰ ਦੀ 70 ਕਨਾਲ 15 ਮਰਲੇ ਸੀ, ਅਤੇ ਮੇਰੀ ਇਕੱਲੇ ਦੀ 13 ਕਨਾਲ 6 ਮਰਲੇ ਆ, ਪਰ ਮੇਰੀ ਇਕੱਲੇ ਦੀ ਨਹੀਂ, ਹੋਰ ਵੀ ਕਿਸਾਨ ਆ ਜਿਨ੍ਹਾਂ ਦੀਆਂ ਨਿਸ਼ਾਨਦੇਹੀਆਂ ਵੀ ਰੁਕੀਆਂ ਹੋਈਆਂ ਵਾ, ਅਤੇ 2-2 ਮਰਲੇ ਦੇ ਪਲਾਟ, ਮਤਲਬ 22 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਡੇਰਾ ਰਾਧਾ ਸੁਆਮੀ ਨੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ। ਉੱਧਰ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣ ਲਵੋ। ਲੈਂਡ ਡਿਸਪਿਊਟ ਦਾ ਮਾਮਲਾ ਮੇਰੀ ਹਾਲੇ ਪੋਸਟਿੰਗ ਕੱਲ੍ਹ ਹੀ ਹੋਈ ਹੈ, ਇਹਦੇ ਬਾਰੇ ਹਾਲੇ ਮੈਨੂੰ ਚੱਕੀ ਚੰਗੀ ਤਰ੍ਹਾਂ ਡੀਪਲੀ ਇਹਦੇ ਬਾਰੇ ਮੈਨੂੰ ਨਹੀਂ ਪਤਾ, ਬਾਕੀ ਇਹਨਾਂ ਦੇ ਡੀਪਲੀ ਸਾਰਾ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਬਾਹਰ ਅਥਾਰਟੀ ਨਾਲ ਗੱਲ ਕਰਕੇ ਬਾਕੀ ਸਾਰਾ ਜਿਹੜਾ ਜੋ ਵੀ ਡਿਸੀਜਨ ਹਾਇਰ ਅਥਾਰਟੀ ਨੂੰ ਆਏਗਾ ਪ੍ਰਸ਼ੰਸਾ ਕਰ ਲਈ। ਅਤੇ ਕੋਈ ਇੱਥੇ ਇਹ ਮਾਮਲਾ ਵਿਗੜੇ ਨੇ, ਸੁਰੱਖਿਆ ਨੂੰ ਲੈ ਕੇ ਵੀ ਕੋਈ ਪ੍ਰਬੰਧ ਕੀਤੇ ਗਏ? ਕੀਤੇ ਹੋਏ ਨੇ ਤਾਂ ਜੋ ਕੋਈ ਮਾਮਲਾ ਨਾ ਵਿਗੜੇ। ਅਤੇ ਤੁਹਾਡੀ ਦੋਵਾਂ ਪੱਖਾਂ ਨਾਲ ਕੋਈ ਗੱਲਬਾਤ ਹੋਈ ਇਸ ਮਾਮਲੇ ਨੂੰ ਲੈ ਕੇ? ਬਸ ਚੱਲ ਰਹੀ ਹੈ ਹਾਲੇ, ਜਸਟ ਧਰਨੇ 'ਤੇ ਬੈਠੇ ਹਾਂ, ਗੱਲ ਕਰਨੀ ਸ਼ੁਰੂ ਕਰ ਦਿੰਦੇ।
फिलहाल पीड़ित किसानों वालों लगातार धरना प्रदर्शन किया जा रहा है, पर इस मसले का हुण हल कदों तक निकलता है आने वाला समय ही दसेगा। स्पोक्समैन टीवी ली कश्मीर सिंह पटाल की रिपोर्ट।